ਹੈਲੋ ਐਵਰੀਵਨ, ਵੈਲਕਮ ਟੂ ਮਾਈ ਚੈਨਲ ਜੀ ਰਾਮਪਾਲ। ਅੱਜ ਅਸੀਂ ਬੇਸਿਕ ਇੰਗਲਿਸ਼ ਦੇ ਇਸ 14th ਲੈਸਨ ਵਿੱਚ ਆ ਗਏ ਹਾਂ। ਤੋ 60 ਡੇਜ਼ ਦੀ ਕਲਾਸ ਹੈ, ਸੋ ਇਹਦੇ ਵਿੱਚ ਆਪਾਂ ਕਰਾਂਗੇ ਅੱਜ ਕਿ ਕਿਸ ਤਰ੍ਹਾਂ ਆਪਾਂ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਟੈਂਸ ਜਿਹੜਾ ਉਹ ਯੂਜ਼ ਕਰਦੇ ਹਾਂ। ਤਾਂ ਆਪਾਂ ਵੇਖਿਆ ਕਿ ਆਈ, ਮੈਂ, ਵੀ, ਅਸੀਂ, ਇਹ ਪਿੱਛੇ ਵੀ ਸਾਨੂੰ ਪਤਾ ਹੈ ਕਿ ਕਿਸ ਦੀ ਕੀ ਪੰਜਾਬੀ ਹੈ। ਤਾਂ ਹੁਣ ਇਹਨਾਂ ਨਾਲ ਪਹਿਲਾਂ ਆਪਾਂ ਵੇਖਦੇ ਹਾਂ ਕਿ ਇਸ ਟੈਂਸ ਦਾ ਪ੍ਰੈਜੈਂਟ ਕੰਟੀਨਿਊਸ ਟੈਂਸ ਨਾਲੋਂ ਕੀ ਫਰਕ ਹੈ। ਸੋ ਮੇਨਲੀ ਇਹਦੇ ਵਿੱਚ ਆਪਾਂ ਕੁਝ ਸਮੇਂ ਤੋਂ, ਇਹਦੇ ਵਿੱਚ ਵੀ ਨਿਸ਼ਾਨੀ ਹੈ ਵੀ ਰਿਹਾ ਹੈ, ਵਾਕ ਦੇ ਅੰਤ ਵਿੱਚ ਆਉਂਦਾ ਹੈ ਬਈ ਰਿਹਾ ਹੈ, ਪਰ ਕਿਸੇ ਸਮੇਂ ਤੋਂ ਰਿਹਾ ਹੈ, ਜਿਵੇਂ ਮੈਂ ਤੁਹਾਨੂੰ ਪੜ੍ਹਾ ਰਿਹਾ ਹਾਂ। ਸੋ ਇਹ ਸਿੰਪਲ ਪ੍ਰੈਜੈਂਟ ਕੰਟੀਨਿਊਸ ਟੈਂਸ ਹੈ। ਪਰੰਤੂ ਜੇ ਆ ਜਾਏ ਕਿ ਮੈਂ ਤੁਹਾਨੂੰ ਸਵੇਰ ਤੋਂ ਪੜ੍ਹਾ ਰਿਹਾ ਹਾਂ, 2 ਘੰਟਿਆਂ ਤੋਂ ਪੜ੍ਹਾ ਰਿਹਾ ਹਾਂ, 4 ਘੰਟਿਆਂ ਤੋਂ ਪੜ੍ਹਾ ਰਿਹਾ ਹਾਂ, 2 ਦਿਨਾਂ ਤੋਂ ਪੜ੍ਹਾ ਰਿਹਾ ਹਾਂ, ਕੋਈ ਨਾ ਕੋਈ ਟਾਈਮ ਦਿੱਤਾ ਹੋਵੇ, ਤਾਂ ਫਿਰ ਅਸੀਂ ਉਸਨੂੰ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਟੈਂਸ ਨਾਲ ਇਹਦੇ ਰੂਲ ਯੂਜ ਕਰਕੇ ਬਣਾਉਂਦੇ ਹਾਂ। ਸੋ ਇਹਦੇ ਵਿੱਚ ਆਪਾਂ ਵੇਖਣਾ ਕਿ ਆਈ ਨਾ ਹੈਵ ਬਿਨ, ਸੋ ਆਈ ਹੈਵ ਬਿਨ, ਵੀ ਹੈਵ ਬਿਨ, ਦੇ ਹੈਵ ਬਿਨ, ਯੂ ਹੈਵ ਬਿਨ, ਹੀ ਹੈਜ਼ ਬਿਨ, ਸ਼ੀ ਹੈਜ਼ ਬਿਨ, ਇਟ ਹੈਜ਼ ਬਿਨ, ਐਂਡ ਸਿੰਗੂਲਰ ਜਿੰਨੇ ਵੀ ਰਾਮ ਸ਼ਾਮ ਕੋਈ ਨਾਂ ਹੈ ਤਾਂ ਅਸੀਂ ਉਹਦੇ ਨਾਲ ਹੈਜ਼ ਬਿਨ ਲਵਾਂਗੇ। ਪਲੂਰਲ ਕੁੜੀਆਂ, ਦ ਗਰਲਸ ਹੈਵ ਬਿਨ ਲਵਾਂਗੇ। ਸੋ ਪਲੂਰਲ ਦੇ ਨਾਲ ਵੀ ਹੈਵ ਬਿਨ ਲਵਾਂਗੇ ਆਪਾਂ। ਸੋ ਇਗਜ਼ਾਮਪਲ ਵੇਖਦੇ ਹਾਂ। ਸੋ ਬਹੁਤ ਸਾਰੇ ਇਗਜ਼ਾਮਪਲਸ ਆਪਾਂ ਇਹਦੇ ਵਿੱਚ ਵੇਖਾਂਗੇ ਅਤੇ ਨਾਲ ਦੀ ਨਾਲ ਕੁਝ ਸਪੈਸ਼ਲ ਸੈਂਟੈਂਸਿਸ ਲਾਸਟ 'ਤੇ ਵੇਖਾਂਗੇ। ਸੋ ਪੂਰੀ ਵੀਡੀਓ ਵੇਖਣਾ ਤੁਸੀਂ। ਆਈ ਹੈਵ ਬਿਨ ਪਲੇਇੰਗ ਗਿਟਾਰ ਫੋਰ 2 ਆਵਰਸ, ਮੈਂ 2 ਘੰਟਿਆਂ ਤੋਂ ਗਿਟਾਰ ਵਜਾ ਰਿਹਾ। ਸੋ ਇਹਦੇ ਵਿੱਚ ਸਮਾਂ ਆ ਗਿਆ 2 ਘੰਟਿਆਂ ਤੋਂ। ਸੋ ਫੋਰ 2 ਆਵਰਸ, ਸੋ ਫੋਰ ਅਤੇ ਸਿੰਸ ਵਿੱਚ ਲੱਗਣਾ ਹੈ। ਸੋ ਪੂਰੀ ਵੀਡੀਓ 'ਚ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿੱਥੇ ਫੋਰ ਲਗਾਉਣਾ ਹੈ, ਕਿੱਥੇ ਸਿੰਸ ਲਗਾਉਣਾ ਹੈ। ਸੋ ਇਹਦੇ ਵਿੱਚ ਨੈਕਸਟ ਸੈਂਟੈਂਸ ਇਗਜ਼ਾਮਪਲ, ਵੀ ਹੈਵ ਬਿਨ ਵੇਟਿੰਗ ਫੋਰ ਯੂ ਸਿੰਸ ਮੰਡੇ। ਸੋ ਇਹਦੇ ਵਿੱਚ ਫੋਰ ਵੀ ਲੱਗਾ ਹੈ, ਸਿੰਸ ਵੀ ਲੱਗਾ ਹੈ। ਇਹ ਫੋਰ ਜੋ ਹੈ ਪ੍ਰੈਪੋਜੀਸ਼ਨ ਦਾ ਹੈ, ਵੇਟ ਦੇ ਨਾਲ ਫੋਰ ਲੱਗਦਾ ਹੈ। ਵੇਟਿੰਗ ਫੋਰ ਯੂ ਸਿੰਸ ਮੰਡੇ, ਅਸੀਂ ਤੁਹਾਡੀ ਉਡੀਕ ਸੋਮਵਾਰ ਤੋਂ ਕਰ ਰਹੇ ਹਾਂ। ਵੀ ਹੈਵ ਬਿਨ ਵੇਟਿੰਗ ਫੋਰ ਯੂ ਸਿੰਸ ਮੰਡੇ। ਦੇ ਹੈਵ ਬਿਨ ਸਲੀਪਿੰਗ, ਉਹ ਸੌਂ ਰਹੇ ਹਨ, ਉਹ ਸੌਂ ਰਹੇ ਹਨ ਸਿੰਸ 4 o'clock, 4 ਵਜੇ ਤੋਂ, ਉਹ 4 ਵਜੇ ਤੋਂ ਸੌਂ ਰਹੇ ਹਨ। ਵੇਅਰ ਹੈਵ ਯੂ ਬਿਨ ਲਿਵਿੰਗ ਫੋਰ 6 ਮੰਥ, 6 ਮਹੀਨਿਆਂ ਤੋਂ ਤੁਸੀਂ ਕਿੱਥੇ ਰਹਿ ਰਹੇ ਹੋ। ਸੋ ਟਾਈਮ ਆ ਗਿਆ। ਹੀ ਹੈਜ਼ ਬਿਨ ਸਟੱਡਿੰਗ ਸਿੰਸ 6 o'clock, ਉਹ 6 ਵਜੇ ਤੋਂ ਪੜ੍ਹਾਈ ਕਰ ਰਿਹਾ ਹੈ। ਸ਼ੀ ਹੈਜ਼ ਬਿਨ ਸਟੇਇੰਗ ਹੇਅਰ ਸਿੰਸ ਫਰਾਈਡੇ, ਉਹ ਸ਼ੁੱਕਰਵਾਰ ਤੋਂ ਇੱਥੇ ਰਹਿ ਰਹੀ ਹੈ। ਇਟ ਹੈਜ਼ ਬਿਨ ਰੇਨਿੰਗ ਫੋਰ ਮੈਨੀ ਡੇਜ਼, ਕਈਆਂ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਸੋ ਮੈਨੀ ਡੇਜ਼, ਕਈਆਂ ਦਿਨਾਂ ਤੋਂ, ਜੇ ਹੁੰਦਾ ਇਟ ਇਜ਼ ਰੇਨਿੰਗ ਤਾਂ ਫਿਰ ਮੀਂਹ ਪੈ ਰਿਹਾ ਹੈ। ਸੋ ਕੁਝ ਸਮੇਂ ਤੋਂ, ਪਿੱਛੋਂ ਸਮੇਂ ਤੋਂ ਸ਼ੁਰੂ ਹੋਇਆ, ਜੇ ਵੀ ਚੱਲ ਰਿਹਾ ਹੈ ਤਾਂ ਫਿਰ ਆਪਾਂ ਇਟ ਹੈਜ਼ ਬਿਨ ਲਵਾਂਗੇ। ਇਟ ਹੈਜ਼ ਬਿਨ ਰੇਨਿੰਗ ਫੋਰ ਮੈਨੀ ਡੇਜ਼। ਸੋ ਇਸੇ ਤਰ੍ਹਾਂ ਆਈ ਹੈਵ ਨੋਟ ਬਿਨ, ਜੇ ਨੈਗੇਟਿਵ ਸੈਂਟੈਂਸ ਹੈ ਤਾਂ ਇਸ ਤਰ੍ਹਾਂ ਬਣਾਵਾਂਗੇ ਇਹਨਾਂ ਨੂੰ। ਆਈ ਹੈਵ ਨੋਟ ਬਿਨ ਟਰੈਵਲਿੰਗ ਫੋਰ 4 ਆਵਰਸ, ਮੈਂ 4 ਘੰਟਿਆਂ ਤੋਂ ਯਾਤਰਾ ਨਹੀਂ ਕਰ ਰਿਹਾ ਹਾਂ। ਦੇ ਹੈਵ ਨੋਟ ਬਿਨ ਸਲੀਪਿੰਗ ਸਿੰਸ ਯੈਸਟਰਡੇ, ਉਹ ਕੱਲ੍ਹ ਤੋਂ ਸੌਂ ਨਹੀਂ ਰਹੇ ਹਨ।
ਸ਼ੀ ਹੈਜ਼ ਨੋਟ ਬਿਨ ਹੈਲਪਿੰਗ ਮੀ ਫੋਰ 10 ਮਿੰਟਸ, ਉਹ 10 ਮਿੰਟ ਤੋਂ ਮੇਰੀ ਮਦਦ ਨਹੀਂ ਕਰ ਰਹੀ ਹੈ। ਦ ਚਾਈਲਡ ਹੈਜ਼ ਨੋਟ ਬਿਨ ਕਰਾਇੰਗ ਫੋਰ 5 ਆਵਰਸ, ਸੋ ਬੱਚਾ 5 ਘੰਟਿਆਂ ਤੋਂ ਨਹੀਂ ਰੋ ਰਿਹਾ ਹੈ। ਸੋ ਇਹ ਆਪਾਂ ਕਿੱਦਾਂ ਪਤਾ ਲਾਵਾਂਗੇ ਕਿ ਕਿਸ ਨਾਲ ਆਪਾਂ ਸਿੰਸ ਲਾਉਣਾ, ਕਿਸ ਨਾਲ ਫਾਰ ਲਾਉਣਾ ਹੈ? ਤਾਂ ਜਿਹੜਾ ਨਿਸ਼ਚਿਤ ਸਮਾਂ ਜਿਵੇਂ 10 ਵਜੇ ਵਾਲੇ ਸਾਰੇ ਟਾਈਮ ਜਿਹੜੇ ਆ ਉਹ ਸਿੰਸ ਵਾਲੇ ਹਨ, ਅਤੇ ਉੱਦਾਂ ਹੀ 10 ਘੰਟਿਆਂ ਤੋਂ, ਅਤੇ ਫਿਰ ਆਪਾਂ ਲਾਵਾਂਗੇ ਫੋਰ 10 ਆਵਰਸ। ਜੇ 10 ਵਜੇ ਤਾਂ ਆਪਾਂ ਕਹਾਂਗੇ ਸਿੰਸ 10 ਓ ਕਲੋਕ, ਸਿੰਸ 10 ਮਿੰਟਸ ਪਾਸਟ 5। ਸੋ ਇੱਥੇ ਵੀ ਆਪਾਂ, ਕਿਉਂਕਿ ਮਿੰਟਸ ਜਿਹੜੇ ਆ ਉਹ ਵਜੇ ਵਾਲੇ 'ਚ ਆਏ ਹਨ, ਤਾਂ ਆਪਾਂ ਨਿਸ਼ਚਿਤ ਹੈ ਸਮਾਂ ਕਿ ਉਹ ਤੋਂ ਲੈ ਕੇ ਹੁਣ ਤੱਕ ਟਾਈਮ ਗਿਣ ਸਕਦੇ ਹਾਂ। ਜੇ ਅਜੇ 10 ਮਿੰਟਾਂ ਤੋਂ, ਕਿਹੜੇ 10 ਮਿੰਟ ਸਾਨੂੰ ਨਹੀਂ ਪਤਾ, ਫਿਰ ਆਪਾਂ ਫੋਰ 10 ਮਿੰਟਸ ਲਿਖਾਂਗੇ। ਜੇ ਸੋਮਵਾਰ ਦਿਨ ਦਾ ਨਾਂ ਦੱਸਿਆ ਹੈ ਕਿ ਸੋਮਵਾਰ ਤੋਂ ਮੰਗਲਵਾਰ ਤੋਂ, ਫਿਰ ਆਪਾਂ ਸਿੰਸ ਮੰਡੇ ਟਿਊਸਡੇ ਇੱਦਾਂ ਲਗਾਵਾਂਗੇ। ਜੇ ਉੱਦਾਂ ਹੀ 2 ਦਿਨ 4 ਦਿਨ 5 ਦਿਨ, ਤਾਂ ਆਪਾਂ ਫੋਰ 5 ਡੇਜ਼ 2 ਡੇਜ਼ ਇੱਦਾਂ ਆਪਾਂ ਕੁਛ ਲਗਾ ਸਕਦੇ ਹਾਂ। ਜੇ ਮਹੀਨੇ ਦਾ ਨਾਂ ਦੱਸਿਆ ਸਿੰਸ ਜਨਵਰੀ, ਤਾਂ ਆਪਾਂ ਜਨਵਰੀ ਲਿਖਾਂਗੇ। ਅਤੇ ਜੇ 1 ਮਹੀਨੇ ਤੋਂ, 2 ਤੋਂ 4 ਤੋਂ, ਕਿਹੜੇ ਮਹੀਨੇ ਤੋਂ ਸਾਨੂੰ ਨਹੀਂ ਪਤਾ, ਤਾਂ ਫਿਰ ਅਸੀਂ ਫੋਰ 5 ਮੰਥਸ 2 ਮੰਥਸ, ਜਿਹੜੇ ਵੀ ਇਸ ਤਰ੍ਹਾਂ ਆਪਾਂ ਲਿਖਾਂਗੇ। ਜੇ ਸਾਲ ਦਿੱਤਾ ਇਸੇ ਤਰ੍ਹਾਂ ਸਿੰਸ 2005, ਅਤੇ ਜੇ ਉੱਦਾਂ ਹੀ ਕਿਹਾ ਹੋਏ 2 ਸਾਲਾਂ ਤੋਂ, ਤਾਂ ਫਿਰ ਅਸੀਂ ਕਹਾਂਗੇ ਫੋਰ 2 ਈਅਰਸ। ਸਵੇਰ ਤੋਂ ਕੱਲ੍ਹ ਤੋਂ ਇਹ ਸਾਰੇ ਇਹਦੇ 'ਚ ਆ ਜਾਂਦੇ ਹਨ, ਕਿਉਂਕਿ ਸਵੇਰ ਨਿਸ਼ਚਿਤ ਹੈ ਕਿ ਆਪਾਂ 5 ਵਜੇ ਨੂੰ ਆਪਾਂ ਮੰਨਦੇ ਕਿ ਸਵੇਰੇ 5 ਵਜੇ ਤੋਂ ਸਵੇਰ ਹੋ ਜਾਂਦੀ। ਸਿੰਸ ਈਵਨਿੰਗ, ਸਿੰਸ ਨੂਨ, ਸਿੰਸ ਯੈਸਟਰਡੇ, ਸਿੰਸ 'ਚ ਆਉਣਗੇ। ਅਤੇ ਕੁਝ ਦਿਨਾਂ ਤੋਂ ਫੋਰ ਸਮ ਟਾਈਮ, ਕੁਝ ਹਫ਼ਤਿਆਂ ਤੋਂ ਫੋਰ ਸਮ ਵੀਕਸ, ਅਤੇ ਕੁਝ ਸਮੇਂ ਤੋਂ ਫੋਰ ਸਮ ਟਾਈਮ, ਇੱਦਾਂ ਆਪਾਂ ਜਿਹੜਾ ਇਹਨੂੰ ਯੂਜ਼ ਕਰ ਸਕਦੇ ਹਾਂ। ਅਤੇ ਅੱਗੇ ਇਗਜ਼ਾਮਪਲਸ ਨੇ ਬਹੁਤ ਸਾਰੀਆਂ, ਇਹਦੇ ਵਿੱਚ ਆਪਾਂ ਹੈਜ਼ ਅਤੇ ਹੈਵ ਭਰਨਾ, ਬਿਨ ਲਗਾ ਹੈ, ਅਤੇ ਨਾਲ ਹੀ ਟਰਾਈ ਕਰਨਾ ਹੈ ਕਿ ਇਸ ਨੂੰ ਆਪਾਂ ਟ੍ਰਾਂਸਲੇਟ ਕਰੀਏ। ਸੋ ਤੁਸੀਂ ਇਹ ਹੈਜ਼ ਹੈਵ ਬਿਨ ਵੇਖ ਲੈਣਾ, ਅਤੇ ਕਮੈਂਟ ਬਾਕਸ ਵਿੱਚ ਇਹ ਐਕਸਰਸਾਈਜ਼ ਭੇਜ ਸਕਦੇ ਹੋ। ਹੁਣ ਅਸੀਂ ਕੁਝ ਸਪੈਸ਼ਲ ਸੈਂਟੈਂਸਿਸ ਵੇਖਦੇ ਹਾਂ। ਬੱਚਾ ਰੋ ਰਿਹਾ ਹੈ, ਜੇ ਇਸ ਤਰ੍ਹਾਂ ਹੁੰਦਾ ਤਾਂ ਆਪਾਂ ਕਹਾਂਗੇ ਦ ਚਾਈਲਡ ਇਜ਼ ਵੀਪਿੰਗ, ਤਾਂ ਬੱਚਾ ਰੋਈ ਹੀ ਜਾ ਰਿਹਾ ਹੈ, ਮਤਲਬ ਪਿਛਲੇ ਸਮੇਂ ਤੋਂ ਸ਼ੁਰੂ ਹੋਇਆ, ਅਜੇ ਵੀ ਇਹ ਕੰਮ ਜਾਰੀ ਹੈ। ਤਾਂ ਆਪਾਂ ਇਸ ਨੂੰ ਬਣਾਵਾਂਗੇ ਦ ਚਾਈਲਡ ਹੈਜ਼ ਬਿਨ ਵੀਪਿੰਗ, ਇਸੇ ਤਰ੍ਹਾਂ ਰਹਿੰਦਾਂਗੇ, ਉਹ ਨੱਚੀ ਹੀ ਜਾ ਰਹੀ ਹੈ। ਸ਼ੀ ਹੈਜ਼ ਬਿਨ ਡਾਂਸਿੰਗ, ਸ਼ੀ ਹੈਜ਼ ਬਿਨ ਡਾਂਸਿੰਗ। ਸੋ ਇਹ ਆਪਾਂ ਸਪੈਸ਼ਲ ਸੈਂਟੈਂਸਿਸ ਵੇਖੇ ਕਿ ਕਦੀ ਇਸ ਤਰ੍ਹਾਂ ਵੀ ਕੇਸ ਆ ਸਕਦਾ ਜਦੋਂ ਸਮਾਂ ਨਹੀਂ ਵੀ ਦਿੱਤਾ ਪਰ ਆਪਾਂ ਨੂੰ ਕਲੀਅਰ ਹੋ ਜਾਂਦਾ ਹੈ ਕਿ ਪਹਿਲੇ ਸਮੇਂ ਤੋਂ ਕੰਮ ਸ਼ੁਰੂ ਹੋਇਆ ਅਤੇ ਅਜੇ ਵੀ ਚੱਲੀ ਜਾ ਰਿਹਾ ਹੈ। ਸੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ। ਥੈਂਕ ਯੂ।